ਮੈਂ ਇੱਕ ਲੋਨ ਲਿਆ ਸੀ DHFL ਤੋਂ ਜੀ 2017 ਦੇ ਵਿੱਚ ਜੀ 2017 ਤੋਂ ਲੋਨ ਲਿਆ ਜੀ ਮੇਰੇ ਨਾਲ ਕਰਿਆ ਇਹਨਾਂ ਨੇ ਫਰੋਡਬਾਜ਼ੀ ਪਹਿਲਾਂ ਤਾਂ ਲੋਨ ਲੈਣ ਤੋਂ ਪਹਿਲਾਂ ਇਹਨਾਂ ਦੇ ਬੈਂਕ ਦੇ ਬੰਦਿਆਂ ਨੇ ਮੇਰੇ ਕੋਲੋਂ 1,40,000 ਮੇਰੇ ਖਾਤੇ 'ਚ ਕਢਵਾ ਲਿਆ ਜੀ ਇਹਨਾਂ ਨੇ ਉਹ ਪਤਾ ਨਹੀਂ ਕਿੱਧਰ ਗਲਿਆ ਗਿਆ ਜੀ ਹੁਣ ਇਹਨੂੰ ਤਾਂ ਦੱਸ ਨਹੀਂ ਰਹੇ ਤਾਂ ਮੰਗ ਰਹੇ ਨੇ ਪੈਸੇ ਉਹ ਤਾਂ ਕਹਿ ਨਹੀਂ ਰਿਹਾ ਵੀ ਆਏ ਨੂੰ ਕੋਈ ਨਵੀਂ ਕੰਪਨੀ ਆ ਗਈ ਜਿਹੜੀ ਇਹਦੇ ਕੋਲ ਹੋਰ ਬੰਦੇ ਭੇਜਦੇ ਨੇ ਇਹਦੇ ਕੋਲੋਂ ਵੈਸੇ ਵੀ ਲੈ ਗਏ ਨੇ ਪੈਸੇ ਮੇਰੇ ਘਰ ਕਿੰਨੀ ਵਾਰੀ ਆਏ ਨੇ ਧੱਕਾ ਕਰਦੇ ਨੇ ਬਹੁਤ ਜ਼ਬਰਦਸਤੀ ਕਰਦੇ ਮੇਰੇ ਘਰ ਦੀ ਤੇਲ ਦੀ ਬਾਲਟੀ ਮਾਰੀ ਅਤੇ ਇਹਨਾਂ ਨੇ ਹੋਰ ਵੀ ਬਹੁਤ ਕੁਛ ਕਰਿਆ ਜੀ ਬੈਂਕ 'ਚ ਪ੍ਰੋਪਰਲੀ ਆਉਣ ਆਪਣਾ ਬੈਂਕ ਦੇ ਥਰੂ ਲੋਨ ਲੈਣ ਬੈਂਕ ਕੋਈ ਬੈਂਕ ਦਾ ਕੋਈ ਵੀ ਇੰਪਲੋਈ ਪੈਸਾ ਨਹੀਂ ਮੰਗ ਸਕਦਾ ਜੇ ਏਜੰਟ ਜਿਹੜੇ ਹੈਗੇ ਆ ਏਜੰਟ ਦੇ ਥਰੂ ਜਾ ਰਹੇ ਹੈ ਤਾਂ ਕਿਉਂ ਜਾ ਰਹੇ ਹੈ ਏਜੰਟ ਦੇ ਥਰੂ ਹਾਂਜੀ ਮੈਂ ਕਿਰਪਾਲ ਸਿੰਘ ਜੀ ਸਨੌਰ ਜੀ ਮੈਂ ਬੋਲ ਰਿਹਾ ਜੀ ਮੇਰੇ ਨਾਲ ਧੱਕਾ ਹੋ ਰਿਹਾ ਜੀ ਮੈਂ ਇਸ ਤਰ੍ਹਾਂ ਕਰਕੇ ਜੀ ਮੈਂ ਇੱਕ ਲੋਨ ਲਿਆ ਸੀ DHFL ਤੋਂ ਜੀ 2017 ਦੇ ਵਿੱਚ ਜੀ 2017 ਤੋਂ ਲੋਨ ਲਿਆ ਜੀ ਮੇਰੇ ਨਾਲ ਕਰਿਆ ਇਹਨਾਂ ਨੇ ਫਰੋਡਬਾਜ਼ੀ ਪਹਿਲਾਂ ਤਾਂ ਲੋਨ ਲੈਣ ਤੋਂ ਪਹਿਲਾਂ ਇਹਨਾਂ ਦੇ ਬੈਂਕ ਦੇ ਬੰਦਿਆਂ ਨੇ ਮੇਰੇ ਕੋਲੋਂ  1,40,000 ਮੇਰੇ ਖਾਤੇ 'ਚ ਕਢਵਾ ਲਿਆ ਜੀ ਇਹਨਾਂ ਨੇ ਅਤੇ 70,000 ਮੇਰੇ ਕੋਲ ਨਗਦ ਲੈ ਲਿਆ ਜੀ ਇੱਕ ਮੈਡਮ ਸੀ ਇੱਕ ਨਾਲ ਬੈਂਕ ਦਾ ਬੰਦਾ ਹੋ ਰਿਹਾ ਹਾਂਜੀ ਉਹ ਜਨਾਨੀ ਦੀ ਸਾਨੂੰ ਪਤਾ ਨਹੀਂ ਲੱਗਾ ਜਦ ਮੇਰੇ ਖਾਤੇ 'ਚ 3.5 ਲੱਖ ਰੁਪਇਆ ਅਕਾਊਂਟ 'ਚ ਪਵਾਇਆ ਜੀ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ 1,40,000 ਰੁਪਈਆ ਵਿੱਚੋਂ ਵੀ ਨਿਕਲ ਗਿਆ ਜੀ ਮੈਂ ਖਾਤਾ ਬਲੋਕ ਕਰਾਇਆ ਮੈਂ ਜਦ ਇਹਨਾਂ ਨੇ ਮੇਰੇ ਕੋਲ ਇੱਕ ਸਕਿਉਰਿਟੀ ਤੌਰ 'ਤੇ ਚੱਕ ਲਿਆ ਸੀ ਜੀ 70,000 ਰੁਪਈਆ ਨਾਲ ਮੇਰੇ ਕੋਲ 30,000 ਇੱਕ ਲਿਆ 40 ਇੱਕ ਲਿਆ ਜੀ ਅਤੇ ਇੱਕ ਮੇਰੇ ਕੋਲ ਨਾ ਸਕਿਉਰਿਟੀ ਵਾਸਤੇ ਚੱਕ ਲਿਆ ਵੀ ਤੂੰ 20,000 ਮੇਰੇ ਕੋਲ ਹੋਰ ਲੱਗ ਗਏ ਮੰਗਣ 20,000 ਹੋਰ ਦੇ ਫਿਰ ਮੈਨੂੰ ਕਹਿੰਦੇ ਜੇ ਨਹੀਂ 20,000 ਹੈਗਾ ਤਾਂ ਮੈਨੂੰ ਇੱਕ ਚੈੱਕ ਦੇ ਦਿਓ ਮੈਂ ਖਾਲੀ ਚੈੱਕ ਸਾਈਨ ਕਰਕੇ ਕਿਸਨੇ ਕਿਹਾ ਜੀ ਤੁਹਾਨੂੰ ਇਹ ਰਾਜ ਕੌਰ ਜਨਾਨੀ ਹੈ ਜੀ ਪਟਿਆਲੇ ਤੋਂ ਹੈ ਜੀ ਤ੍ਰਿਪੜੀ ਤੋਂ ਜੀ ਤਾਂ ਉਸ ਤੋਂ ਬਾਅਦ ਜੀ ਚਲੋ ਜੀ ਮੈਂ ਇਹਨਾਂ ਨੇ ਮੈਨੂੰ 3.5 ਲੱਖ ਰੁਪਇਆ ਮੇਰੇ ਖਾਤੇ 'ਚ ਜਿਵੇਂ ਪੇਮੈਂਟ ਆਈ ਹੈ 20,000 ਰੁਪਇਆ ਮੇਰੇ ਅਕਾਊਂਟ ਦੇ ਵਿੱਚ ਇਹਨਾਂ ਨੇ ਜਦੋਂ ਹੀ ਕਢਵਾ ਲਿਆ ਜੀ ਮੈਂ ਖਾਤਾ ਖੁਲਵਾਇਆ ਮੇਰਾ ਬਲੌਕ ਕਰਵਾਇਆ ਸੀ ਖੁਲਵਾਇਆ ਉਸ ਟਾਈਮ ਨਾਲ ਦਿਨਾਂ ਕਢਵਾ ਲਿਆ ਜੀ ਇਹਨਾਂ ਨੇ ਤਾਂ 1,40,000 ਇਹ ਲੈ ਗਏ ਜੀ ਅਤੇ 70,000 ਮੇਰੇ ਕੋਲ ਲੈ ਗਏ 1,00,000 ਦੀ ਮੇਰੀ ਇਨਸ਼ੋਰੈਂਸ ਕਰਤੀ ਇਹਨਾਂ ਦੀ ਮੇਰੇ ਬਿਨ ਪੁੱਛਣ ਤਾਂ ਮੈਨੂੰ ਪਤਾ ਨਹੀਂ ਜੀ ਹੈ ਉਹ ਵੀ 1,00,000 ਮੈਂ ਬਹੁਤ ਪੈਸੇ ਭਰ ਚੁੱਕਿਆ ਜੀ ਅਤੇ ਹੁਣ ਦੇਖੋ ਸਰ ਮੈਂ ਇਹਨਾਂ ਨੂੰ ਮੇਰੇ ਘਰ ਕਿੰਨੀ ਵਾਰੀ ਆਏ ਨੇ ਧੱਕਾ ਕਰਦੇ ਨੇ ਬਹੁਤ ਜ਼ਬਰਦਸਤੀ ਕਰਦੇ ਮੇਰੇ ਘਰ ਦੀ ਪੇਂਟ ਦੀ ਬਾਲਟੀ ਮਾਰੀ ਅਤੇ ਇਹਨਾਂ ਨੇ ਹੋਰ ਵੀ ਬਹੁਤ ਕੁਛ ਕਰਿਆ ਜੀ ਘਰ 'ਚ ਵੀ ਮੇਰੇ ਘਰ ਦੀ ਤਾਂ ਕੱਪੜੇ ਸਾਰੇ ਪੇਂਟ ਨਾਲ ਲਿਬੜੇ 'ਤੇ ਬੁਰਸ਼ ਪਿਆ ਜੀ ਘਰ ਜਦੋਂ ਆਉਂਦੇ ਨੇ 5-7 ਧਮਕੀਆਂ ਦਿੰਦੇ ਆ ਕੇ ਜੀ ਅਸੀਂ ਚੰਡੀਗੜ੍ਹ ਤੋਂ ਅਸੀਂ ਇਹ ਕਰ ਦੇਣਾ ਉਹ ਕਰ ਦੇਣਾ ਘਰ ਨੂੰ ਤਾਲਾ ਮਾਰਨ ਵਾਸਤੇ ਗਏ ਉਸ ਤੋਂ ਬਾਅਦ ਫਿਰ ਆਏ ਜੀ 5-7 ਜਣੇ ਜੀ ਇਹਨਾਂ ਨੇ ਮੇਰੇ ਘਰ ਆ ਕੇ ਬੜਾ ਗਾਹ ਪਾਇਆ ਜੀ ਉਸ ਤੋਂ ਬਾਅਦ ਮੈਨੂੰ ਨਾਲ ਦੀ ਨਾਲ ਹੀ ਅਟੈਕ ਹੋ ਗਿਆ ਜੀ ਮੈਂ ਹਸਪਤਾਲ 'ਚ ਰਿਹਾ ਸਨੌਰ 'ਚ ਕਰਾਈ ਜੀ ਸਾਡੀ ਕੋਈ ਸੁਣਵਾਈ ਨਹੀਂ ਉਸ ਟਾਈਮ 'ਚ ਹੋਈ ਜੀ ਉਸ ਤੋਂ ਬਾਅਦ ਮੈਂ ਅੰਮ੍ਰਿਤ ਹਸਪਤਾਲ ਕਰਾਈ ਰੱਖਿਆ ਇਹਨਾਂ ਦਾਖਲ ਜੀ 1.5 ਮਹੀਨਾ ਮੈਂ ਅੰਮ੍ਰਿਤ ਹਸਪਤਾਲ 'ਚ ਰਿਹਾ ਜੀ ਉੱਥੋਂ ਉਹਨਾਂ ਨੇ ਜਵਾਬ ਦੇ ਦਿੱਤਾ ਜੀ ਕਹਿੰਦੇ ਜੀ ਕਰਿਆ ਜੀ ਮੈਨੂੰ ਨਿਆਂ ਦਿੱਤਾ ਜਾਵੇ ਮੇਰੇ ਉੱਤੇ 12 ਲੱਖ ਰੁਪਈਆ ਲੋਨ ਲਿਆ ਜੀ ਮੈਂ 12 ਲੱਖ ਤੋਂ ਉੱਪਰ ਭਰ ਚੁੱਕਿਆ 5 ਲੱਖ ਰੁਪਈਆ ਮੇਰੇ ਕੋਲ ਜਿਹੜਾ ਦੂਸਰੇ ਬੰਦੇ ਲੈ ਗਏ ਨੇ 3 ਲੱਖ 1 ਲੈ ਗਏ ਨੇ 4-1 ਲੈ ਗਏ ਜੀ 7 ਲੱਖ ਰੁਪਈਆ ਸਾਡੇ ਕੋਲ ਲੈ ਗਏ ਨੇ ਜਿਹੜੇ 4 ਲੱਖ ਦੀ ਰਸੀਦ ਪਹਿਲਾਂ ਦੇ ਗਿਆ ਅਤੇ 2 ਲੱਖ ਦੀ ਫਿਰ ਦੇ ਗਿਆ ਜੀ 3 ਲੱਖ ਹੋ ਗਿਆ ਜੀ 5 ਲੱਖ ਹੋ ਗਿਆ ਜੀ 5 ਲੱਖ ਦੀ ਬੱਸ ਆ ਕੇ ਮੈਂ ਘਰ ਨਹੀਂ ਮੈਂ ਝਾਂਸੀ ਗੱਡੀ ਲੈ ਕੇ ਗਿਆ ਸੀ ਜੀ ਉਸ ਤੋਂ ਬਾਅਦ ਮੇਰੇ ਘਰ ਦੀ ਬਿਮਾਰ ਹੁੰਦੀ ਜਿਹਨੂੰ ਕਹਿੰਦੇ ਜੀ ਤੁਹਾਡਾ ਨਾ ਰਜਿਸਟਰੀ ਬੰਬੇ ਤੋਂ ਆ ਗਈ ਹੈ ਅਤੇ ਤੁਸੀਂ ਰਜਿਸਟਰੀ ਤੁਹਾਨੂੰ ਲਿਆ ਕੇ ਦਿੰਦੇ ਹਾਂ ਵੀ ਤੁਹਾਨੂੰ ਰਸੀਦਾਂ ਦਿਓ ਉਹਨਾਂ ਨੇ ਚਾਚਾ 5 ਲੱਖ ਦਾ ਉਹ ਵੀ ਲੈ ਗਏ ਜੀ ਵਿੱਚੋਂ ਹੋਰ ਰਸੀਦਾਂ ਕੱਢ ਕੇ ਲੈ ਗਏ ਜੀ ਜਿਹੜੀਆਂ ਰਸੀਦਾਂ ਇਹਨਾਂ ਨੇ ਬੈਂਕਾਂ ਮਾਲ ਜੀ ਬੈਂਕ ਆ ਜੀ ਕੋਈ ਨਵਾਂ ਬੜਾ ਧੱਕਾ ਕਰ ਰਹੇ ਸਾਡਾ ਬਹੁਤ ਜ਼ਿਆਦਾ ਨਜਾਇਜ਼ ਹੋ ਰਹੀ ਹੈ ਜੀ ਹਾਂਜੀ ਕੀ ਕਹਿ ਰਹੇ ਹੋ ਤਾਂ ਇਹ ਆ ਵੀ ਸਾਨੂੰ ਨਿਆਂ ਦਿੱਤਾ ਧਮਕੀਆਂ ਦੇ ਰਹੇ ਜੀ ਕਹਿੰਦੇ ਜੀ ਅਸੀਂ ਕਬਜ਼ਾ ਕਰਨੇ ਤਾਂ ਬਾਹਰ ਨਿਕਲੋ ਜੀ ਸਾਨੂੰ ਅਤੇ ਬਾਹਰ ਨਿਕਲੋ ਜੀ ਅਤੇ ਬਹੁਤ ਜ਼ਿਆਦਾ ਧਮਕੀ ਦੇ 30 ਲੱਖ ਰੁਪਈਆ ਮੇਰੇ ਕੋਲ ਹੋਰ ਮੰਗ ਰਹੇ ਜੀ 12-13 ਲੱਖ 12 ਲੱਖ ਲਾਉਣ ਲਿਆ ਜੀ ਮੈਂ 12 ਤੋਂ ਉੱਪਰ ਭਰ ਚੁੱਕਿਆ 21 ਲੱਖ ਰੁਪਈਆ ਹੋਰ ਮੇਰੇ ਕੋਲ ਮੰਗ ਰਹੇ ਆ ਜੀ ਇਹ ਧੱਕਾ ਨਹੀਂ ਹੋਰ ਕਿਹਾ ਜੀ ਨਜਾਇਜ਼ ਹੋ ਰਹੀ ਮੇਰੇ ਨਾਲ
ਕਰੀ ਆ ਜੀ, ਕੋਈ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਫਿਰ ਮੈਂ ਪਠਾਨ ਮਾਜਰੇ, ਜਦੋਂ ਮੇਰਾ ਪੈਸੇ ਲੈ ਕੇ ਭੱਜੇ ਪਠਾਨ ਮਾਜਰੇ ਦੇ ਬੰਦੇ ਕੋਲ ਵੀ ਗਿਆ, ਮੈਂ ਅਸੀਂ ਬੜਾ ਭੱਜੇ ਹਾਂ ਜੀ, ਸਾਨੂੰ ਕੋਈ ਕੰਪਨੀ ਨਹੀਂ ਲੱਭੀ, ਡੀ ਐੱਚ ਐੱਫ ਕਿੱਥੇ ਚੱਲ ਗਈ ਹੈ, ਹੋਰ ਕੰਪਨੀ ਨਵੀਂ ਆਈ ਜਿਹੜੀ ਸਾਨੂੰ ਤੰਗ ਕਰ ਰਹੀ ਹੈ ਜੀ। ਕੀ ਕਰ ਉਹ ਨਿਲਾਮੀ ਦਾ ਕਰਤਾ ਉਹਨਾਂ ਨੇ ਅੱਜ ਵੀ ਇਹ ਕਬਜ਼ਾ ਲਿਆ ਜੂਗਾ ਇਹਦਾ ਜੀ, ਗਾਹ ਨਿਲਾਮ ਕੀਤਾ ਜੂਗਾ ਤੁਹਾਡਾ ਘਰ, ਅਤੇ ਉਹ ਤੋਂ ਪੈਸੇ ਪੂਰੇ ਕੀਤੇ ਜਾਣਗੇ। ਇਹ ਜਦੋਂ ਸਾਡੇ ਕੋਲ ਇਹਨੇ ਰੱਖੀ ਹੈ ਗੱਲ, ਅਸੀਂ ਇਹ ਫੈਸਲਾ ਕਰ ਲਿਆ ਵੀ ਬਿਲਕੁਲ ਵੀ, ਵੈਸੇ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸ, ਉਹ ਪਤਾ ਨਹੀਂ ਕਿੱਧਰ ਚਲਿਆ ਗਿਆ ਜੀ, ਹੁਣ ਇਹਨੂੰ ਤਾਂ ਦੱਸ ਨਹੀਂ ਰਹੇ, ਤੋਂ ਤਾਂ ਮੰਗ ਰਹੇ ਨੇ ਪੈਸੇ ਉਹ ਤਾਂ ਕਹਿ ਨਹੀਂ ਰਿਹਾ ਵੀ ਆਏ ਨੂੰ ਕੋਈ ਨਵੀਂ ਕੰਪਨੀ ਆ ਗਈ ਜਿਹੜੀ ਇਹਦੇ ਕੋਲ ਹੋਰ ਬੰਦੇ ਭੇਜਦੇ ਨੇ, ਇਹਦੇ ਕੋਲੋਂ ਵੈਸੇ ਵੀ ਲੈ ਗਏ ਨੇ ਪੈਸੇ ਉਹ, ਇਹਦੇ ਕੋਲ ਕਈ ਵਾਰ ਵੈਸੇ ਲੈ ਗਏ, ਇਹਦੇ ਕੋਲ ਪੈਸੇ ਪਹਿਲਾਂ ਲੈ ਜਾ ਚੁੱਕੇ ਨੇ ਕੁਛ, ਔਰ ਉਹਨਾਂ ਦੀ ਵੀ ਕੋਈ ਰਸੀਦ ਨਹੀਂ, ਕੋਈ ਪਤਾ ਨਹੀਂ, ਕੋਈ ਲੈਣੀ ਨਹੀਂ ਦੇਣੀ ਨਹੀਂ, ਪਤਾ ਨਹੀਂ ਕਿਹੜੀ ਕੰਪਨੀ ਹੈ। ਅਸੀਂ ਇੱਕੋ ਗੱਲ ਕਹਿੰਦੇ ਹਾਂ ਵੀ ਵੇਖੋ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਸਾਰਿਆਂ ਨੂੰ ਦੱਸ ਦੇਣੀ ਚਾਹੁੰਦਾ ਵੀ ਕੁਛ ਕੁ ਬੈਂਕ ਜਿਹੜੇ ਨੇ, ਸਾਰਿਆਂ ਦਾ ਨਾਂ ਨਹੀਂ ਇਹ ਲੈਂਦੇ, ਕੁਛ ਕੁ ਬੈਂਕ ਇਹੋ ਜਿਹੇ ਨੇ ਜਿਨ੍ਹਾਂ ਨੇ ਲੁੱਟ ਮਚਾਈ ਹੋਈ ਹੈ, ਬਿਲਕੁਲ ਉਹਨਾਂ ਦੀ ਲੁੱਟ ਹੈ ਜਿਹੜੀ ਉਹ ਨਹੀਂ ਚੱਲਣ ਦੇਊਗੀ, ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਊਗੀ। ਜੋ ਅਸੀਂ ਇਹ ਨਹੀਂ ਗੱਲ ਕਹਿੰਦੇ ਕੋਈ ਪੈਸੇ ਲੈ ਕੇ ਭਰੇ ਹੀ ਨਾ ਕਿਸੇ ਨੂੰ, ਜਿਹੜਾ ਲੈਂਦਾ ਉਹ ਮੋੜਦਾ, ਪਰ ਇਹਦੇ ਕੋਲ ਤਾਂ ਪੂਰੇ ਭਰ ਬੈਠਾ, ਡਬਲ ਲੈਂਡ ਆਏ ਨੇ ਇਹਦੇ ਕੋਲੋਂ, ਇਸ ਕਰਕੇ ਅਸੀਂ ਕਿਸੇ ਨਾਲ ਵੀ ਧੱਕਾ ਜਿਹੜਾ ਬਿਲਕੁਲ ਨਹੀਂ ਹੋਣ ਦੇਵਾਂਗੇ, ਔਰ ਨਾ ਇਸ ਪਰਿਵਾਰ ਦੇ ਨਾਲ ਜਿਹੜਾ ਧੱਕਾ ਹੁੰਦਾ ਹੈ। ਅਗਰ ਜੇ ਨਾ ਉਹ ਮੁੜੇ ਬੈਂਕ ਵਾਲਿਆਂ ਨੇ ਜ਼ਬਰਦਸਤੀ ਕਰਨੀ ਚਾਹੀ, ਅਸੀਂ ਤਕੜਾ ਸੰਘਰਸ਼ ਹੈ ਜਿਹੜਾ ਸ਼ਾਂਤਮਈ ਤਰੰਗ, ਜਿਹੜਾ ਸੰਘਰਸ਼ ਅਸੀਂ ਪਹਿਲੋਂ ਵੀ ਕਰਦੇ ਰਹੇ ਹਾਂ, ਹੁਣ ਵੀ ਸ਼ਾਂਤ ਇਸ ਘਰ ਦੇ ਵਿੱਚ ਸਰਦਾਰ ਕਿਰਪਾਲ ਸਿੰਘ ਰਹੂਗਾ, ਹੋਰ ਕੋਈ ਨਹੀਂ ਆ ਸਕਦਾ, ਨਾ ਕੋਈ ਬੈਂਕ ਵੜ ਸਕਦੀ, ਨਾ ਅਸੀਂ ਵੜਨ ਦੇਣੀ ਹੈ, ਇਹ ਸਾਡਾ ਫੈਸਲਾ ਪੱਕਾ ਹੋ ਚੁੱਕਿਆ ਸਾਰੀ ਯੂਨੀਅਨ ਦਾ। ਸਰ ਇਹਨਾਂ ਨੇ ਨਾ ਕਿਰਪਾਲ ਸਿੰਘ ਜੀ ਨੇ ਲੋਨ ਲਿਆ ਸੀ ਸਾਡੇ ਬੈਂਕ ਤੋਂ। ਕਿੰਨਾ ਜੀ? ਕਿਰਪਾਲ ਸਿੰਘ ਜੀ ਨੇ ਕਿੰਨਾ ਲੋਨ ਲਿਆ ਸੀਗਾ? ਨੀਅਰ ਅਬਾਊਟ ਇਹਨਾਂ ਨੇ 13 ਦੇ ਆਸ ਪਾਸ ਲਿਆ ਸੀ। ਅੱਛਾ ਜੀ। ਅਤੇ ਇਹਨਾਂ ਦੇ ਅਕੋਰਡਿੰਗਲੀ ਇਹ ਕਹਿ ਰਹੇ ਹਾਂ ਕਿ ਅਸੀਂ ਤਾਂ ਸਾਰਾ ਪੇਮੈਂਟ ਕਰ ਚੁੱਕੇ ਹਾਂ, ਲੇਕਿਨ ਸਾਡੇ ਕੋਲ ਜਿਹੜੀ ਇਸ ਟਾਈਮ ਇਹਨਾਂ ਦੀ ਅਮਾਊਂਟ ਪੈਂਡਿੰਗ ਸ਼ੋਅ ਕਰ ਰਹੀ ਹੈ ਉਹ ਨੀਅਰ ਅਬਾਊਟ 21 ਲੱਖ ਦੇ ਆਸ ਪਾਸ ਹਾਲੇ ਵੀ ਪੈਂਡਿੰਗ ਸ਼ੋਅ ਕਰ ਰਹੀ ਹੈ। ਹੁਣ ਜੇ ਇਹ ਕਹਿ ਰਹੇ ਹਾਂ ਕਿ ਅਸੀਂ 3 ਲੱਖ ਦਾ ਚੈੱਕ ਇੱਕ ਦਿੱਤਾ, ਕਿਸੇ ਨੂੰ 4 ਲੱਖ ਦਾ ਪੇਮੈਂਟ ਇੱਕ ਦਿੱਤੀ ਹੈ, ਅਸੀਂ ਕਹਿ ਰਹੇ ਮਤਲਬ ਕਿ ਬੰਦੇ ਜਿਹੜੇ ਸਾਨੂੰ ਪਤਾ ਹੀ ਨਹੀਂ ਜਦ ਕਿਸ ਬੰਦੇ ਨੂੰ ਪੇਮੈਂਟ ਦਿੱਤੀ ਹੈ ਇਹਨਾਂ ਨੇ, ਜਾਂ ਤਾਂ ਉਸ ਬੰਦੇ ਦਾ ਨਾਮ ਹੋਵੇ ਜਿਹੜੀ ਲੇਡੀਜ਼ ਦਾ ਨਾਮ ਰੱਖ ਰਹੇ ਹਨ, ਨੰਬਰ ਹੋਵੇ, ਮੋਬਾਈਲ ਨੰਬਰ ਹੋਵੇ, ਜੇ ਲੇਡੀਜ਼ ਦਾ ਨਾਮ ਰੱਖ ਰਹੇ ਵੀ ਤ੍ਰਿਪੜੀ ਗਈ ਹੈ ਜਿਹਨੇ ਚੈੱਕ ਲਗਾ ਕੇ ਪੇਮੈਂਟ ਕਰਾਈ ਹੈ, ਕਿ ਬੈਂਕ ਵੱਲੋਂ ਕੋਈ ਕਾਰਵਾਈ ਹੋਈ ਲੇਡੀਜ਼ 'ਤੇ? ਸਾਨੂੰ ਉਸ ਲੇਡੀਜ਼ ਦਾ ਹੀ ਨਹੀਂ ਪਤਾ ਕੌਣ ਹੈ ਕੌਣ ਨਹੀਂ ਆ। ਤੁਸੀਂ ਮੰਨਦੇ ਹੋ ਕਿ ਬੈਂਕ 'ਚ ਏਜੰਟ ਨੂੰ ਜੇ ਇਹ ਆਪਣੀ ਤਰਫ ਤੋਂ ਲੋਨ ਕਰਵਾਉਣ ਵਾਸਤੇ ਕੋਈ ਅਮਾਊਂਟ ਦਿੰਦੇ ਆ, ਬੈਂਕ ਨੇ ਕੋਈ ਕਦੀ ਕਿਸੇ ਨੂੰ ਨਹੀਂ ਕਿਹਾ ਕਿ ਸਾਨੂੰ ਖਾਲੀ ਚੈੱਕ ਦਿਓ, ਇਹਨਾਂ ਨੇ ਜਿਹੜੀ ਅਮਾਊਂਟ ਦਾ ਦਿੱਤਾ ਚੈੱਕ ਦਿੱਤਾ ਉਹ ਖਾਲੀ ਚੈੱਕ ਦਿੱਤਾ। ਤੁਸੀਂ ਮੰਨਦੇ ਹੋ ਬੈਂਕ 'ਚ ਜਿਹੜਾ ਡਿਪਾਰਟਮੈਂਟ ਜਾਂ ਏਜੰਟ ਕੰਮ ਕਰ ਰਹੇ ਉਹਨਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਬਾਹਰ ਕੌਣ ਕੀ ਕਰਾ ਬੈਂਕ ਨਾਮ? ਮੇਰੀ ਗੱਲ ਸੁਣੋ, ਬੈਂਕ 'ਚ ਪ੍ਰੋਪਰਲੀ ਆਉਣ, ਆਪਣਾ ਬੈਂਕ ਦੇ ਥਰੂ ਲੋਨ ਲੈਣ, ਬੈਂਕ ਕੋਈ ਬੈਂਕ ਦਾ ਕੋਈ ਵੀ ਇੰਪਲੋਈਜ਼ ਪੈਸਾ ਨਹੀਂ ਮੰਗ ਸਕਦਾ। ਜੇ ਏਜੰਟ ਜਿਹੜੇ ਹੈਗੇ ਆ ਏਜੰਟ ਦੇ ਥਰੂ ਜਾ ਰਹੇ ਹੈ ਤਾਂ ਕਿਉਂ ਜਾ ਰਹੇ ਹੈ ਏਜੰਟ ਦੇ ਥਰੂ? ਕੀ ਬੈਂਕ ਇਸ ਕੀ ਵੈਰੀਫਿਕੇਸ਼ਨ ਕਰਦਾ ਜਿਹੜਾ ਏਜੰਟ ਸਾਡੇ ਕੋਲ? ਏਜੰਟ ਦੇ ਸਾਡੇ ਕੋਲ ਕੋਡ ਹੁੰਦੇ ਨੇ, ਬੈਂਕ ਇਕੱਲਾ ਇਵੇਂ ਤਾਂ ਚੱਲ ਨਹੀਂ ਸਕਦਾ, ਬੈਂਕ ਬਿਲਕੁਲ ਹੋਏਗਾ ਕੋਡ ਦੇ ਜ਼ਰੀਏ। ਅਸੀਂ ਦੇਖਿਆ ਕੌਣ, ਸਾਨੂੰ ਕੀ ਪਤਾ ਇਹਨਾਂ ਨੇ ਉਸ ਦੇ ਨੂੰ ਪੇਮੈਂਟ ਦਿੱਤੀ ਹੈ ਜਾਂ ਚੈੱਕ ਦਿੱਤਾ? ਜੇ ਇਹਨਾਂ ਨੇ ਉਹਨੂੰ ਖਾਲੀ ਚੈੱਕ ਦਿੱਤਾ ਤਾਂ ਕਾਹਦੇ ਵਾਸਤੇ ਦਿੱਤਾ? ਕੀ ਕਾਰਵਾਈ ਕੀ ਹੈ ਤੁਹਾਡੇ ਵੱਲੋਂ? ਕਾਰਵਾਈ ਤਾਂ ਸਰ ਇਹੀ ਹੈ ਕਿ ਵੀ ਇਹਨਾਂ ਨੂੰ ਕਿਹਾ ਕਿ ਵੀ ਹਾਂ ਤੁਸੀਂ ਸੋਮਵਾਰ ਜਾਂ ਮੰਗਲਵਾਰ ਨੂੰ ਆਫਿਸ ਆ ਜਾਓ, ਉੱਥੇ ਬੈਠ ਕੇ ਇੱਕ ਦਿਨ ਹੈਗਾ ਕਿ ਵੀ ਸਟੇਟਮੈਂਟ ਸਾਨੂੰ ਚਾਹੀਦੀ ਹੈ, ਅਸੀਂ ਸਟੇਟਮੈਂਟ ਵੀ ਦੇ ਦਾਂਗੇ। ਜੋ ਵੀ ਸੈਟਲਮੈਂਟ ਜੇ ਕਰਨੀ ਚਾਹੁੰਦੇ ਆ ਤਾਂ ਉਹ ਅਮਾਊਂਟ ਜਿਹੜੀ ਹੋਏਗੀ ਉਹ ਆਪਾਂ ਬੈਠ ਕੇ ਸੈਟਲਮੈਂਟ ਕਰਵਾ ਲਾਂਗੇ ਇਹਨਾਂ ਦੀ।